ਦੁਨੀਆ ਭਰ ਦੇ ਵਿੱਚ ਆਪਣੀ ਗਾਇਕੀ ਦੇ ਰਾਹੀਂ ਲੋਕਾਂ ਨੂੰ ਆਪਣੇ ਬੋਲਾਂ 'ਤੇ ਨਚਾਉਣ ਵਾਲੇ ਅਤੇ ਸਿੱਖੀ ਦੇ ਪੱਗ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਦਲਜੀਤ ਦੋਸਾਂਝ 'ਤੇ ਜਿਹੜੇ ਦੋਸ਼ ਲੱਗੇ ਸੀ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਜਾਂ ਕਿਸੇ ਕੰਪਨੀ ਨੂੰ ਅਦਾਇਗੀ ਜਾਂ ਉਹਦਾ ਭੁਗਤਾਨ ਨਹੀਂ ਕੀਤਾ, ਉਹਦੇ ਸੰਬੰਧ ਦੇ ਵਿੱਚ ਹੁਣ ਦਲਜੀਤ ਦੋਸਾਂਝ ਦੀ ਪ੍ਰਬੰਧਕੀ ਟੀਮ ਨੇ ਆਪਣਾ ਪੱਖ ਵੀ ਰੱਖਿਆ ਅਤੇ ਨਾਲ ਦੀ ਨਾਲ ਜੋ ਦੋਸ਼ ਲਗਾਏ ਗਏ ਸੀ ਉਹ ਵੀ ਸਿਰੇ ਤੋਂ ਖਾਰਜ ਕਰ ਦਿੱਤੇ ਨੇ। ਅਸਲ ਦੇ ਵਿੱਚ ਦਲਜੀਤ ਦੋਸਾਂਝ ਹੋਣਾ 'ਤੇ ਦੋਸ਼ ਲੱਗੇ ਸੀ ਕਿ ਉਦਯੋਗਪਤੀ ਅਤੇ ਡਾਂਸ ਸੰਸਥਾਵਾਂ ਦੇ ਮਾਲਕ ਰਜਤ ਬੱਗਾ ਨੇ ਗਾਇਕ ਅਤੇ ਭੰਗੜਾ ਟੀਮ ਨੂੰ ਅਦਾਇਗੀ ਨਾ ਕਰਨ ਦੇ ਦੋਸ਼ ਲਗਾਏ ਸੀ ਅਤੇ ਹੁਣ ਦਲਜੀਤ ਦੋਸਾਂਝ ਦੀ ਮੈਨੇਜਰ ਨੇ ਅਦਾਇਗੀ ਨਾ ਕਰਨ ਦੇ ਦੋਸ਼ ਸਿਰੇ ਤੋਂ ਨਕਾਰ ਦਿੱਤੇ ਨੇ। ਪੂਰਾ ਮਸਲਾ ਕੀ ਸੀ? ਅਸਲ ਦੇ ਵਿੱਚ ਲੁਮੀਨਾਟੀ ਟੂਰ ਦੌਰਾਨ ਭੰਗੜਾ ਟੀਮ ਨੂੰ ਕਥਿਤ ਤੌਰ 'ਤੇ ਭੁਗਤਾਨ ਨਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਗਾਇਕ ਅਤੇ ਹੀਰੋ ਦਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਨੇ ਵਿਵਾਦ ਨੂੰ ਸਪਸ਼ਟ ਕਰਨ 'ਤੇ ਉਦੇਸ਼ ਨਾਲ ਇੱਕ ਅਧਿਕਾਰੀ ਤੌਰ 'ਤੇ ਬਿਆਨ ਜਾਰੀ ਕਰ ਦਿੱਤਾ ਹੈ। ਐਲਏ ਅਧਾਰਿਤ ਉਦਯੋਗਪਤੀ ਅਤੇ ਕਈ ਡਾਂਸ ਸੰਸਥਾਵਾਂ ਦੇ ਮਾਲਕ ਰਜਤ ਬੱਤਾ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਸੀ ਕਿ ਦਲਜੀਤ ਦੋਸਾਂਝ ਦੇ ਟੂਰ ਦੌਰਾਨ ਭੰਗੜਾ ਟੀਮ ਨੂੰ ਉਹਨਾਂ ਦੀ ਪੇਸ਼ਕਾਰੀ ਲਈ ਅਦਾਇਗੀ ਨਹੀਂ ਕੀਤੀ ਗਈ ਸੀ। ਸੋਨਾਲੀ ਨੇ ਕਿਹਾ ਕਿ ਸਾਡੀ ਅਧਿਕਾਰਿਤ ਟੀਮ ਨੇ ਕਦੇ ਵੀ ਰਜਤ ਬੱਤਾ ਜਾਂ ਮਨਪ੍ਰੀਤ ਤੂਰ ਨਾਲ ਸੰਪਰਕ ਨਹੀਂ ਕੀਤਾ ਜੋ ਸੋਸ਼ਲ ਮੀਡੀਆ ਉੱਤੇ ਝੂਠਾ ਪ੍ਰਚਾਰ ਕਰ ਰਹੇ ਨੇ। ਰਜਤ ਅਤੇ ਮਨਪ੍ਰੀਤ ਕਿਸੇ ਵੀ ਤਰ੍ਹਾਂ ਦਲਜੀਤ ਲੁਮੀਨਾਟੀ ਟੂਰ ਦਾ ਹਿੱਸਾ ਨਹੀਂ ਸਨ। ਉਹਨਾਂ ਦੱਸਿਆ ਕਿ ਟੂਰ ਦੇ ਅਧਿਕਾਰਿਤ ਕੋਰੀਓਗ੍ਰਾਫਰ ਬਲਵਿੰਦਰ ਸਿੰਘ, ਪ੍ਰੀਤ ਚਾਲ, ਦਿਵਿਆ ਅਤੇ ਵੈਨਕੂਵਰ ਤੋਂ ਪਾਰਥ ਸਨ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਸੋਨਾਲੀ ਨੇ ਟੂਰ ਵਿੱਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਗਲਤ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਰਜਤ ਬੱਤਾ ਨੇ ਆਪਣੀ ਭੰਗੜਾ ਟੀਮ ਦੇ ਮੈਂਬਰਾਂ ਨੂੰ ਕਥਿਤ ਤੌਰ 'ਤੇ ਅਦਾਇਗੀ ਨਾ ਕਰਨ ਬਾਰੇ ਚਿੰਤਾ ਜ਼ਾਹਰ ਕਰਦਿਆਂ ਇੰਸਟਾਗ੍ਰਾਮ 'ਤੇ ਦਲਜੀਤ ਦੋਸਾਂਝ ਨੂੰ ਜਨਤਕ ਤੌਰ 'ਤੇ ਟੈਗ ਕੀਤਾ ਸੀ। ਉਸਨੇ ਕਿਹਾ ਸੀ ਕਿ ਸਾਨੂੰ ਦਲਜੀਤ ਦੋਸਾਂਝ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ, ਪਰ ਬਹੁਤ ਹੀ ਨਿਰਾਸ਼ਾ ਵੀ ਹੋਈ ਕਿ ਦੇਸੀ ਡਾਂਸਰਾਂ ਦਾ ਮੁੱਲ ਵੀ ਅਜੇ ਘੱਟ ਹੈ। ਲੁਮੀਨਾਟੀ ਟੂਰ ਦੀ ਸਾਡੀ ਭੰਗੜਾ ਟੀਮ ਨੂੰ ਅਦਾਇਗੀ ਨਹੀਂ ਕੀਤੀ ਗਈ ਅਤੇ ਟੀਮ ਤੋਂ ਮੁਫਤ ਪੇਸ਼ਕਾਰੀ ਦੀ ਵੀ ਉਮੀਦ ਕੀਤੀ ਗਈ ਸੀ। ਦੂਜੇ ਪਾਸੇ ਰਜਤ ਦੇ ਦਾਅਵਿਆਂ ਦੇ ਉਲਟ ਟੂਰ ਵਿੱਚ ਹਿੱਸਾ ਲੈਣ ਵਾਲੇ ਭੰਗੜਾ ਟੀਮ ਦੇ ਕਈ ਮੈਂਬਰਾਂ ਨੇ ਵਿਸ਼ਵ ਪੱਧਰ 'ਤੇ ਪੰਜਾਬੀ ਸੱਭਿਆਚਾਰ ਲਈ ਪੇਸ਼ਕਾਰੀ ਦਾ ਮੌਕਾ ਦੇਣ ਬਦਲੇ ਦਲਜੀਤ ਦਾ ਧੰਨਵਾਦ ਕਰਦਿਆਂ ਇੱਕ ਪੋਸਟ ਵੀ ਸਾਂਝੀ ਕੀਤੀ ਸੀ। ਫਿਲਹਾਲ ਦਲਜੀਤ ਦੋਸਾਂਝ ਨੇ ਖੁਦ ਇਹਨਾਂ ਦੋਸ਼ਾਂ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ, ਲੇਕਿਨ ਉਹਨਾਂ ਦੀ ਮੈਨੇਜਰ ਸੋਨਾਲੀ ਵੱਲੋਂ ਅਧਿਕਾਰੀ ਤੌਰ 'ਤੇ ਇਹ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਡਾ ਇਹਨਾਂ ਦੋ ਲੋਕਾਂ ਦੇ ਨਾਲ, ਰਜਤ ਬੱਤਾ ਜਾਂ ਮਨਪ੍ਰੀਤ ਤੂਰ ਨਾਲ, ਕੋਈ ਸੰਪਰਕ ਨਹੀਂ ਹੈ ਅਤੇ ਨਾ ਹੀ ਇਹ ਸਾਡੇ ਦਿਲ ਲੁਮੀਨਾਟੀ ਟੂਰ ਦਾ ਹਿੱਸਾ ਸਨ ਜੋ ਉਹਨਾਂ ਦਲਜੀਤ ਦੋਸਾਂਝ 'ਤੇ ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦੋਸ਼ ਲਾਏ ਸੀ। ਉਹਨਾਂ ਦੋਸ਼ਾਂ ਨੂੰ ਸਿਰੇ ਤੋਂ ਖੰਡਨ ਕਰ ਦਿੱਤਾ। ਅਸਲ ਵਿੱਚ ਦਲਜੀਤ ਦੋਸਾਂਝ ਲਗਾਤਾਰ ਵਿਸ਼ਵ ਪੱਧਰ 'ਤੇ ਇੱਕ ਚੰਗਾ ਮਕਾਮ ਬਣਾ ਚੁੱਕੇ ਨੇ ਅਤੇ ਗੱਲ ਹਮੇਸ਼ਾ ਪੰਜਾਬ ਦੀ ਕਰਦੇ ਰਹਿੰਦੇ ਨੇ। ਹਾਲ ਹੀ ਉਹਨਾਂ ਦੀ ਇੱਕ ਹੋਰ ਬੜੀ ਅਹਿਮ ਟਿੱਪਣੀ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਕਾਮਾ ਗਾਟਾ ਜਾਰੂ ਸਾਡੇ ਪੰਜਾਬੀਆਂ ਨੂੰ ਇੱਥੇ ਉੱਤਰ ਨਹੀਂ ਦਿੱਤਾ ਗਿਆ ਸੀ ਅਤੇ ਹੁਣ ਅੱਜ ਉਹ ਪੰਜਾਬੀ ਜਿਨ੍ਹਾਂ ਦੀ ਗਿਣਤੀ 50,000 ਤੋਂ ਵੱਧ ਆ ਉਹ ਉਸੇ ਧਰਤੀ 'ਤੇ ਪਹੁੰਚੇ ਨੇ। ਅਜਿਹੀਆਂ ਵਿਵਾਕ ਟਿੱਪਣੀਆਂ ਕਾਰਨ ਤਾਂ ਉਹ ਮਸ਼ਹੂਰ ਹੀ ਨੇ ਪਰ ਗਾਇਕੀ ਦਾ ਵੀ ਉਹਨਾਂ ਦਾ
ਕੋਈ ਕਮਾਲ ਨਹੀਂ ਆ। ਸ਼ਾਇਦ ਇੰਡੀਆ ਛੱਡੋ, ਪੂਰੀ ਦੁਨੀਆ ਦੇ ਵਿੱਚ ਪਹਿਲੀ ਦਫ਼ਾ ਇਹੋ ਜਿਹਾ ਕੋਈ ਪਲ ਹੋਏਗਾ ਜਦੋਂ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਖੁਦ ਰਿਹਰਸਲ ਦੇ ਦੌਰਾਨ ਕਿਸੇ ਨਾਮੀ ਗਾਇਕ ਨੂੰ ਮਿਲਣ ਆਇਆ ਹੋਵੇ। ਅਤੇ ਹਾਲ ਹੀ ਜਿਹੜੀ ਘਟਨਾ ਵਾਪਰੀ ਹੈ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਲਜੀਤ ਦਸਾਂਝ ਨੂੰ ਉਹਨਾਂ ਵੱਲੋਂ ਕੀਤੀ ਜਾ ਰਹੀ ਰਿਹਰਸਲ ਦੇ ਦੌਰਾਨ ਖੁਦ ਆਪਣੇ ਦਫ਼ਤਰੋਂ ਨਿਕਲ ਕੇ ਉਸ ਸਟੇਡੀਅਮ 'ਚ ਪਹੁੰਚੇ ਸੀ ਜਿੱਥੇ ਦਲਜੀਤ ਦਸਾਂਝ ਹੋਣਾ ਨੇ ਪਰਫੋਰਮ ਕਰਨਾ ਸੀ। ਉਹਨਾਂ ਨੇ ਬਾਹਾਂ ਖਿਲਾਰਦੇ ਹੋਏ ਦਲਜੀਤ ਦਸਾਂਝ ਨੂੰ ਯੱਫੀ ਪਾਈ ਸੀ ਅਤੇ ਉਹਨਾਂ ਦਾ ਕੈਨੇਡਾ ਦੀ ਧਰਤੀ ਉੱਤੇ ਆਉਣ 'ਤੇ ਸਵਾਗਤ ਵੀ ਕੀਤਾ ਸੀ। ਅਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਟਿੱਪਣੀ ਕੀਤੀ ਸੀ ਕਿ ਦਲਜੀਤ ਇੱਕ ਪੰਜਾਬੀ ਪੋਤਾ, ਉਹਨੂੰ ਲੈ ਕੇ ਕਈ ਬੀਜੇਪੀ ਲੀਡਰਾਂ ਨੇ ਉਸ 'ਤੇ ਕਿੰਤੂ ਪ੍ਰਵਤੂ ਕੀਤਾ ਸੀ, ਲੇਕਿਨ ਬਾਅਦ 'ਚ ਉਹਨਾਂ ਨੂੰ ਵੀ ਜਿਹੜੀ ਸਥਿਤੀ ਆ ਉਹ ਸਪਸ਼ਟ ਕਰਨੀ ਪਈ। ਇਹ ਵਿਵਾਦ ਜੁੜਿਆ ਸੀ ਕਿ ਦਲਜੀਤ ਦਸਾਂਝ ਨੇ ਉਸ ਦਿਲ ਲੁਮੀਨਾਟੀ ਟੂਰ ਦੇ ਦੌਰਾਨ ਭੰਗੜਾ ਪਵਾਇਆ ਉਹਨਾਂ ਮੁੰਡਿਆਂ ਕੋਲ, ਲੇਕਿਨ ਅਦਾਇਗੀ ਨਹੀਂ ਦਿੱਤੀ ਗਈ, ਅਤੇ ਜਿਸ ਦੇ ਚੱਲਦਿਆਂ ਹੁਣ ਦਲਜੀਤ ਦਸਾਂਝ ਦੀ ਟੀਮ ਨੇ ਉਸ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖੰਡਨ ਕਰ ਦਿੱਤਾ। ਜਦੋਂ ਸਿੰਗਰ ਜਾਂ ਕੋਈ ਗਾਇਕ ਵੱਡਾ ਹੋ ਜਾਂਦਾ ਹੈ ਤਾਂ ਲਾਜ਼ਮੀ ਤੌਰ 'ਤੇ ਵਿਵਾਦ ਵੀ ਉਹਨਾਂ ਨੂੰ ਘੇਰਾ ਪਾਈ ਰੱਖਦੇ ਹੀ ਨੇ। ਪਰ ਸਥਿਤੀ ਸਪਸ਼ਟ ਹੋ ਚੁੱਕੀ ਆ। ਲੇਕਿਨ ਫਿਲਹਾਲ ਜਿਨ੍ਹਾਂ ਲੋਕਾਂ ਨੇ ਇਹ ਕਿਹਾ ਸੀ ਕਿ ਦਲਜੀਤ ਦਸਾਂਝ ਨੇ ਭੰਗੜਾ ਜਿਹੜੇ ਕਲਾਕਾਰ ਉਹਨਾਂ ਨੂੰ ਪੈਸੇ ਨਹੀਂ ਦਿੱਤੇ, ਅਤੇ ਦਲਜੀਤ ਦਸਾਂਝ ਦੀ ਮੈਨੇਜਰ ਸੋਨਾਲੀ ਵੱਲੋਂ ਦਿੱਤੇ ਗਏ ਪੱਖ ਤੋਂ ਬਾਅਦ ਫਿਲਹਾਲ ਰਜਤ ਬੱਤਾ ਜਾਂ ਮਨਪ੍ਰੀਤ ਤੂਰ ਹੋਣ ਦਾ ਕੋਈ ਪੱਖ ਨਹੀਂ ਆਇਆ। ਇਸ ਜਾਣਕਾਰੀ ਦੇਣ ਤੁਹਾਡੇ ਤੋਂ ਲੈਂਦੇ ਆ ਗਿਆ। ਦੇਖਦੇ ਰਹੋ ABC ਪੰਜਾਬ। ਧੰਨਵਾਦ।